ਮੰਮੀ ਵੇਖ ਲਾ, ਤੂੰ ਕਹਿੰਦੀ ਸੀ ਮਨਦੀਪ ਦਾ ਰਿਸ਼ਤਾ ਨਹੀਂ ਹੁੰਦਾ, ਰਿਸ਼ਤਾ ਨਹੀਂ ਹੁੰਦਾ। ਕਦੋਂ ਵਿਆਹ ਹੋ ਗਿਆ ਪਤਾ ਵੀ ਨਹੀਂ ਲੱਗਾ। ਆਹੋ ਪੁੱਤ, ਵਾਹਿਗੁਰੂ ਕਰਾਉਣ ਵਾਲਾ, ਸਾਰੇ ਕੰਮ ਅਸੀਂ ਕੌਣ ਆ ਕਰਨ ਵਾਲੇ। ਆਹੋ ਮੰਮੀ, ਇਹ ਤਾਂ ਹੈ। ਮੰਮੀ ਵੈਸੇ ਇੱਕ ਗੱਲ ਦੱਸ, ਜੇ ਤੁਹਾਡੇ ਸਮੇਂ 'ਤੇ ਵਿਆਹ ਹੁੰਦੇ ਸੀ ਤਾਂ ਉਦੋਂ ਵੀ ਇੰਨਾ ਟਾਈਮ ਲੱਗਦਾ ਸੀ ਰਿਸ਼ਤਾ ਲੱਭਣ ਨੂੰ? ਨਾ ਪੁੱਤ, ਉਦੋਂ ਕਿੱਥੇ ਇੰਨਾ ਟਾਈਮ ਲੱਗਦਾ ਸੀ। ਉਦੋਂ ਤਾਂ ਝੱਟ ਰਿਸ਼ਤਾ ਅਤੇ ਪੱਟ ਵਿਆਹ ਹੋ ਜਾਂਦਾ ਹੁੰਦਾ ਸੀ। ਮੰਮੀ ਵੈਸੇ ਜਦੋਂ ਤੁਹਾਡਾ ਵਿਆਹ ਹੋਇਆ ਸੀ ਉਦੋਂ ਕਿੰਨਾ ਕੁ ਟਾਈਮ ਲੱਗਾ ਰਿਸ਼ਤਾ ਲੱਭਣ ਨੂੰ? ਨਾ ਪੁੱਤ, ਸਾਡੇ ਵਾਰੀ ਕਿੱਥੋਂ ਇੰਨਾ ਟਾਈਮ ਲੱਗਾ ਸੀ। ਉਦੋਂ ਤਾਂ ਵੇਖਣ ਆਏ ਅਤੇ ਸਿੰਪਲ ਸੂਟ ਪਾਇਆ ਅਤੇ ਸਹੁਰੇ ਲੈ ਗਏ, ਲਾਵਾਂ 'ਤੇ ਬਿਠਾ ਤਾ। ਤੇਰੇ ਪਿਓ ਨੂੰ ਤਾਂ ਮੈਨੂੰ ਵੇਖਣਾ ਵੀ ਨਸੀਬ ਨਹੀਂ ਸੀ ਹੋਇਆ। ਅਤੇ ਅੱਜ ਕੱਲ੍ਹ ਦੇ ਲੋਕ 100 ਨਖਰੇ ਕਰਦੇ ਆ। ਹੋਰ ਕੀ ਮੰਮੀ, ਅੱਜ ਕੱਲ੍ਹ ਤਾਂ ਤਾਂ ਰਿਸ਼ਤੇ ਲੱਭਣ ਇੰਨਾ ਟਾਈਮ ਲੱਗਦਾ ਆ। ਲੋਕ ਇੱਕ ਇੱਕ ਮੈਚ ਲੱਭਦੇ ਆ, ਬਰਾਬਰ ਦੀ ਪੜ੍ਹਾਈ ਲਿਖਾਈ, ਬਰਾਬਰ ਦੀ ਪੈਲੀ, ਬਰਾਬਰ ਦੀ ਜਾਇਦਾਦ, ਇੱਥੋਂ ਤੱਕ ਕਿ ਬਰਾਬਰ ਦੀ ਹਾਈਟ ਵੀ। ਅਤੇ ਮੰਮੀ ਵੇਖ ਲਾ, ਇੰਨਾ ਸਾਰਾ ਕੁਛ ਰਲਾ ਮਿਲਾ ਕੇ ਵੀ ਨਾ ਤਾਂ ਵੀ ਅੱਜ ਕੱਲ੍ਹ ਜ਼ਿਆਦਾ ਤਲਾਕ ਹੁੰਦੇ ਆ, ਅਤੇ ਜਿਹੜੇ ਤੁਹਾਡੇ ਸਮਿਆਂ ਦੇ ਵਿਆਹ ਹੋਏ ਆ ਉਦੋਂ ਤਲਾਕ ਵੀ ਘੱਟ ਹੁੰਦੇ ਹੁੰਦੇ ਸੀ। ਹੋਰ ਕੀ ਪੁੱਤ, ਛੱਡ ਲੋਕਾਂ ਦੀਆਂ ਗੱਲਾਂ ਨੂੰ, ਜੋ ਕਰਦੇ ਕਰਦੇ ਰਹਿਣ ਦੇ, ਅਸੀਂ ਕੀ ਲੈਣਾ ਲੋਕਾਂ ਤੋਂ। ਸਾਡੇ ਮੁੰਡੇ ਦਾ ਵਿਆਹ ਹੋ ਗਿਆ ਨਾ, ਸਾਨੂੰ ਇੰਨਾ ਹੀ ਬੜਾ। ਜਾਂ ਵੇਖ ਸੰਦੀਪ ਕੀ ਕਰਨ ਡੀ ਆ, ਉਹਦੇ ਆਉਂਦੀ ਸਿਰ ਪੀੜ ਹੋਣ ਡੀ ਆ, ਅਤੇ ਮੈਂ ਕਿਹਾ ਸੀ ਗੋਲੀ ਖਾ ਲਾ, ਅਤੇ ਅਜੇ ਤੱਕ ਬਾਹਰ ਹੀ ਨਹੀਂ ਨਿਕਲੀ। ਮੰਮੀ, ਭਾਂਡਿਆਂ ਦੀ ਆਵਾਜ਼ ਹੀ ਆਉਣ ਡੀ ਆ, ਮੈਨੂੰ ਲੱਗਦਾ ਰਸੋਈ 'ਚ ਕੰਮ ਕਰਨ ਡੀ ਹੋਣੀ ਆ। ਅੱਛਾ, ਜਾਂ ਵੇਖ ਭਲਾ, ਵੇਹਨਾ ਅੱਗ ਬਾਲ ਦੇ, ਨਾਲੇ ਮਾੜੀ ਜਿਹੀ ਬੁਝ ਗਈ ਆ। ਸੰਦੀਪ? ਹਾਂਜੀ। ਮੰਮੀ ਯਾਰ ਚੁੱਲ੍ਹਾ ਬਾਲ ਕੇ ਬੈਠੇ ਬਾਹਰ, ਅਤੇ ਕਹਿਣ ਡੇ ਕੋਈ ਸਬਜ਼ੀ ਕੱਟਣ ਵਾਲੀ ਹੈਗੀ ਤਾਂ ਦੇ ਦੇ। ਗੋਭੀ ਹੈਗੀ, ਫਿਰ ਉਹ ਲੈ ਜਾਓ। ਲਿਆ, ਮੈਂ ਭਾਂਡੇ ਮਾਂਜ ਲਾਂ। ਹੈਲੋ, ਮਿਰਚ ਘੱਟ ਪਾਇਓ ਅੱਜ ਸਬਜ਼ੀ 'ਚ। ਹਾਂਜੀ, ਕੋਈ ਨਹੀਂ, ਘੱਟ ਹੀ ਪਾਵਾਂਗੇ। ਤੇ ਮੈਂ ਵੀ ਮਾੜਾ ਜਿਹਾ ਕੰਮ ਚੱਲਿਆ ਵਾ, ਤੇ ਉਹਨਾਂ ਠਹਿਰ ਕੇ ਟਾਈਮ ਨਾ ਹੀ ਆ ਜੀ। ਤੈਨੂੰ ਪਤਾ ਅੱਜ ਕੱਲ੍ਹ ਕਿੰਨੀ ਠੰਡ ਆ, ਧੁੰਦਾਂ ਕਿੰਨੀਆਂ ਪੈਂਦੀਆਂ, ਮਾੜਾ ਸਮਾਂ ਚੱਲਣ ਡਿਆ ਆ, ਐਕਸੀਡੈਂਟ ਬੜੇ ਹੁੰਦੇ ਆ। ਕੋਈ ਨਹੀਂ, ਟਾਈਮ ਨਾ ਆ ਜੂੰਗਾ। ਕੋਈ ਚੀਜ਼ ਚੂਜ਼ ਮੰਗਾਉਣੀ ਤਾਂ ਦੱਸ ਦਿਓ। ਨਹੀਂ, ਚੀਜ਼ ਤਾਂ ਕੋਈ ਨਹੀਂ ਮੰਗਾਉਣੀ। ਚਲੋ ਠੀਕ ਆ। ਵਿਚਾਰੇ ਇਕੱਲੇ ਲੱਗੇ ਠੰਡ 'ਚ, ਚੱਲ ਮੈਂ ਵੀ ਕਟਾ ਦਿੰਦੀ ਨਾਲ ਸਬਜ਼ੀ। ਲਿਆ ਮੰਮੀ, ਮੈਂ ਵੀ ਕੱਟ ਲਾ ਨਾਲ ਹੀ, ਨਾ ਛੇਤੀ ਹੋ ਜੂਗੀ। ਮੰਮੀ, ਤਜਿੰਦਰ ਕਿੱਦਾਂ ਗਏ ਨੇ? ਕਹਿਣ ਡਿਆ ਕਿਤੇ ਕੰਮ ਚੱਲਿਆ ਆ, ਘੰਟੇ ਕੁ ਤੱਕ ਆ ਜਾਣਾ। ਅੱਛਾ, ਲਿਆ ਮੰਮੀ ਜੀ, ਮੈਂ ਵੀ ਕਟਾ ਦਾ, ਛੇਤੀ ਹੋ ਜੂਗੀ, ਨਾਲੇ ਮੈਂ ਵਿਹਲੀ ਨਹੀਂ ਬੈਠੀ, ਨੇ ਕੀ ਕਰਨਾ ਵਾ। ਕਿੰਨੀਆਂ ਚੰਗੀਆਂ ਨੇ ਮੇਰੀਆਂ ਨੂੰਹਾਂ, ਮੇਰੇ ਤਾਂ ਹੱਥੋਂ ਕੰਮ ਖੋ ਖੋ ਕਰਦੀਆਂ ਨੇ। ਹੁਣ ਤਾਂ ਮੈਂ ਦੋ ਦੋ ਨੂੰਹਾਂ ਦੀ ਸੱਸ ਹੋ ਗਈ ਹਾਂ, ਮੈਨੂੰ ਤਾਂ ਕੰਮ ਕਰਨ ਦੀ ਲੋੜ ਹੀ ਨਹੀਂ ਆ। ਕੀ ਗੱਲ, ਬੜੀਆਂ ਇਕੱਠੀਆਂ ਹੋ ਕੇ ਬੈਠੀਆਂ ਜੇ? ਵਿਹਲੀ ਬੈਠੀ ਹਾਂ ਮੈਂ ਅੰਦਰ, ਮੈਂ ਚੱਲ ਮੰਮੀ ਨੂੰ ਥੋੜ੍ਹੀ ਸਬਜ਼ੀ ਘਟਾ ਦਿੰਦੀ ਹਾਂ, ਨਾਲੇ ਛੇਤੀ ਹੋ ਜੂਗੀ। ਹੋਰ ਚਾਹ ਚੂਹ ਦਾ ਅਰੇਂਜ ਕਰ ਲਓ।
ਅੱਗੇ ਬੜੀ ਠੰਡ ਵਾ। ਚਾਹ ਤੇ ਬਣੀ ਆ, ਜਾ ਸਿਮਰ ਲਿਆ ਦੇ ਚਾਹ। ਚਲੋ ਮੈਂ ਲਿਆ ਦਿੰਨੀ ਆ ਚਾਹ। ਤੂੰ ਇਦਾਂ ਕਰ, ਮੈਂ ਅੰਦਰ ਕੰਬਲ 'ਚ ਬਹਿਣ ਲੱਗਾ ਵਾਂ, ਅੱਗੇ ਮੈਂ ਬਾਹਰੋਂ ਠੰਡ 'ਚ ਆਇਆ, ਉੱਥੇ ਲਿਆਈ। ਠੀਕ ਆ? ਠੀਕ ਆ। ਮੰਮੀ ਤੁਹਾਨੂੰ ਵੀ ਲਿਆਂਦਾ ਚਾਹ? ਲੈ ਆਇਆ, ਠੰਡ ਬੜੀ ਆ। ਹਾਂ ਤੁਹਾਨੂੰ ਵੀ ਲਿਆ ਦੇਣੀ ਦੀਦੀ ਮੈਂ। ਠੀਕ ਆ। ਚਲੋ ਮੰਮੀ ਮੈਂ ਸਬਜ਼ੀ ਬਣਾ ਲਾ ਜਾ ਕੇ ਅੰਦਰ। ਹੈਲੋ ਮੰਮੀ ਜੀ, ਚਾਹ? ਮਨਦੀਪ ਨੂੰ ਚਾਹ ਦੇ ਦਿੱਤੀ? ਹਾਂਜੀ ਮੈਂ ਦੇ ਆਈ ਹਾਂ। ਆਹੋ, ਹੋਰ ਇੰਨੀ ਠੰਡ 'ਚ ਕਿਤੇ ਜਾਂਦਾ ਅਤੇ ਆਉਂਦਾ ਆ। ਹਾਂਜੀ ਇਹ ਤਾਂ ਹੁਣ ਤਾਂ ਛੁੱਟੀਆਂ ਪਈਆਂ, ਹੁਣ ਵੀ ਨਹੀਂ ਕਿਤੇ ਮੁੰਡਾ ਟੇਕਦਾ ਘਰ, ਪਤਾ ਨਹੀਂ ਕਿੱਥੋਂ ਗਿਆ ਸਵੇਰ ਦਾ ਅਤੇ ਹੁਣ ਆਇਆ। ਮੰਮੀ ਭਾਅ ਜੀ ਨੇ ਨਹੀਂ ਕਦੇ ਸਰਕਾਰੀ ਨੌਕਰੀ ਦੇ ਫੋਰਮ ਭਰੇ? ਸਰਕਾਰੀ ਨੌਕਰੀ ਲਈ ਤਾਂ ਉਹ ਮੰਨਿਆ ਨਹੀਂ, ਅਤੇ ਪ੍ਰਾਈਵੇਟ ਵਾਸਤੇ ਨਾ 15 ਕੁ ਦਿਨ ਉਹਨੇ ਲਾਏ ਸੀ ਨੌਕਰੀ 'ਤੇ, ਕਹਿੰਦਾ ਮੈਂ ਨਹੀਂ ਮੰਮੀ ਕਿਸੇ ਦੇ ਥੱਲੇ ਕੰਮ ਕਰਨਾ, ਮੇਰੇ ਕੋਲ ਨਹੀਂ ਹੁੰਦੀ ਕਿਸੇ ਦੀ ਗੁਲਾਮੀ, ਮੈਂ ਤਾਂ ਆਪਣਾ ਹੀ ਕੰਮ ਕਰਨਾ। ਆਹੋ ਮੰਮੀ ਭਾਅ ਜੀ ਦਾ ਕੰਮ ਕਿਹੜਾ ਮਾੜਾ ਵਾ, ਪੋਲਟਰੀ ਫਾਰਮ ਦਾ ਕੰਮ ਆ, ਉਹ ਵੀ ਸਰਕਾਰੀ ਨੌਕਰੀ ਨਾਲੋਂ ਘੱਟ ਥੋੜ੍ਹੀ ਆ। ਪਰ ਮੰਮੀ ਸਰਕਾਰੀ ਨੌਕਰੀ ਨਾਲ ਦੀ ਰੀਸ ਹੈ ਨਹੀਂ ਆ। ਆਹੋ ਧੀਏ, ਗੱਲ ਤਾਂ ਤੇਰੀ ਠੀਕ ਆ, ਸਰਕਾਰੀ ਨੌਕਰੀ ਨਾਲੇ ਐਤਵਾਰ ਦੀ ਛੁੱਟੀ, ਅਤੇ ਜਦੋਂ ਮਰਜ਼ੀ ਦਿਲ ਕਰੇ ਛੁੱਟੀ ਕਰ ਲਓ, ਅਤੇ ਨਾਲੇ ਮਹੀਨੇ ਬਾਅਦ ਤਨਖਾਹ ਪੈ ਜਾਂਦੀ ਆ, ਜਿੰਨੀਆਂ ਮਰਜ਼ੀ ਛੁੱਟੀਆਂ ਹੋਣ, ਕੋਈ ਕੱਟ ਕਟਾਤ ਨਹੀਂ ਕਰਦੇ। ਸਹੀ ਗੱਲ ਆ ਮੰਮੀ ਤੁਹਾਡੀ। ਚੱਲ ਵੱਡੇ ਦਾ ਕੰਮ ਵੀ ਠੀਕ ਆ, ਮਿਹਨਤ ਕਰਨ ਡਿਆ ਆ, ਕਮਾਈ ਜਾਂਦਾ ਆ ਅਤੇ ਖਾਈ ਜਾਂਦਾ ਆ, ਘਰ 'ਤੇ ਤੋਰਨ ਨਹੀਂ ਡਿਆ ਆ। ਹਾਂਜੀ ਮੰਮੀ, ਮੇਰੇ ਵੀ ਸਾਰੇ ਸਰਕਾਰੀ ਨੌਕਰੀ ਵਾਲੇ ਆ, ਅਤੇ ਤਾਂ ਹੀ ਉਹਨਾਂ ਨੇ ਜਵਾਈ ਵੀ ਸਰਕਾਰੀ ਨੌਕਰੀ ਵਾਲਾ ਹੀ ਲੱਭਿਆ ਵਾ। ਚੱਲ ਉਹ ਤਾਂ ਤੇਰੀ ਗੱਲ ਧੀਏ ਠੀਕ ਆ, ਸਰਕਾਰੀ ਪੈਸਾ ਕਿਹੜਾ ਕਿਸੇ ਨੂੰ ਨਾ ਰਲਣ ਦਿੰਦਾ ਆ। ਹਾਂਜੀ ਮੰਮੀ ਤੁਹਾਡੀ ਗੱਲ ਬਿਲਕੁਲ ਸਹੀ ਆ। ਜਾ ਮੇਰੀ ਧੀ ਨਾ ਗੀਜ਼ਰ ਛੱਡ ਦੇ, ਮੈਂ ਨਹਾ ਲਾਂ, ਗੁਰਦੁਆਰੇ ਸਾਹਿਬ ਮੱਥਾ ਟੇਕਣ ਜਾਣਾ ਆ। ਚਲੋ ਠੀਕ ਆ, ਮੈਂ ਚਲਾ ਦਿੰਦੀ ਹਾਂ। ਮਨਦੀਪ ਮੈਂ ਆਉਂਦੀ ਹਾਂ ਵੀ ਤੈਨੂੰ ਛੁੱਟੀਆਂ ਆ, ਅਤੇ ਚੱਲ ਹਾਂ ਤੇਰੇ ਨਾਨਕਿਆਂ ਦੋ ਆਈਏ। ਉਹ ਮੰਮੀ ਮਸਾਂ ਮਸਾਂ ਨੇ ਛੁੱਟੀਆਂ ਆ ਗਈਆਂ ਵਾ, ਘਰ ਵੀ ਬਹਿਣਦੇ ਹਾਂ, ਅਤੇ ਤੂੰ ਇੱਦਾਂ ਕਰ ਹਾਂ ਉਹ ਵੱਡੇ ਭਰਾ ਨੂੰ ਲੈ ਜਾ। ਦੱਸ ਤੈਨੂੰ ਪਤਾ ਹੀ ਉਹਦੇ ਕੰਮ ਦਾ, ਪੋਲਟਰੀ ਫਾਰਮ ਦਾ ਉਹਦਾ ਕੰਮ ਆ, ਉਹਦਾ ਕਿਹੜਾ ਵੇਲ ਲੱਗਦਾ ਆ ਕੰਮ 'ਚੋਂ। ਮੰਮੀ ਮੇਰੀ ਗੱਲ ਸੁਣ, ਮੈਂ ਤਾਂ ਆਪਣੇ ਸਹੁਰੇ ਵੀ ਜਾਣਾ ਵਾਂ, ਕਿੰਨਾ ਚਿਰ ਹੋ ਗਿਆ ਮੈਨੂੰ ਉੱਥੇ ਗਿਆ ਨੂੰ, ਉਹ ਫੋਨ 'ਤੇ ਫੋਨ ਕਰੀ ਜਾਂਦੇ ਆ ਕਿ ਸਾਡੇ ਕੋਲੋਂ ਵੀ ਕਦੀ ਆ ਜਾ। ਮੈਂ ਨਹੀਂ, ਤੇਰੇ ਮਾਮੇ ਦਾ ਆਪਰੇਸ਼ਨ ਹੋਇਆ ਸੀ ਪਿੱਤੇ ਦਾ, ਤਾਂ ਮੈਂ ਕਿਹਾ ਪਤਾ ਲੈ ਆਈਏ। ਤੂੰ ਇੱਦਾਂ ਕਰ, ਮੈਂ ਤੈਨੂੰ ਪੈਸੇ ਦੇ ਦਿੰਦਾ ਵਾਂ, ਤਾਂ ਤੂੰ ਬੱਸੇ ਨਿਕਲ ਜਾ। ਚੰਗਾ।
ਯਾਰ ਮੰਮੀ ਦਾ ਵੀ ਨਹੀਂ ਪਤਾ ਲੱਗਦਾ, ਬੰਦਾ ਪੁੱਛੇ ਮੈਂ ਵਿਹਲਾ ਵਾਂ, ਮਸਾਂ ਮਸਾਂ ਦੇ ਛੁੱਟੀਆਂ ਆਈਆਂ ਵਾਂ। ਜੇ ਤੁਸੀਂ ਮੰਮੀ ਨਾਲ ਚੱਲ ਜਾਂਦੇ ਹਾਂ ਫਿਰ ਕਿਹੜੀ ਗੱਲ ਸੀ, ਮੰਮੀ ਨੇ ਤਾਂ ਮਾਮਾ ਜੀ ਦਾ ਪਤਾ ਹੀ ਲੈਣ ਜਾਣਾ ਸੀ ਨਾ। ਯਾਰ ਗੱਲ ਉਹ ਨਹੀਂ ਹੈਗੀ, ਤੂੰ ਆ ਹੀ ਦੇਖ ਲਾ ਹਾਂ, ਮੰਮੀ ਦੇ ਦੋ ਮੁੰਡੇ ਆ ਤਾਂ ਵੱਡੇ ਨੂੰ ਨਹੀਂ ਉਹ ਲੈ ਕੇ ਜਾ ਸਕਦੀ, ਤਾਂ ਮੈਂ ਵਿਹਲਾ ਥੋੜ੍ਹੀ ਹਾਂ ਕਿ ਮੰਮੀ ਦੇ ਨਾਲ ਨਾਲ ਤੁਰੀ ਫਿਰੂੰਗਾ। ਇਹ 'ਚ ਵੱਡੇ ਛੁੱਟੀ ਦੀ ਕਿਹੜੀ ਗੱਲ ਹੋ ਗਈ, ਮਾਂ ਤਾਂ ਮਾਂ ਹੀ ਹੁੰਦੀ ਆ ਨਾ। ਜੇ ਤੁਸੀਂ ਚੱਲ ਜਾਓ ਜਾਂ ਭਾਅ ਜੀ ਚੱਲ ਜਾਣ, ਜੇ ਤੁਸੀਂ ਚੱਲ ਜਾਂਦੇ ਤਾਂ ਫਿਰ ਕਿਹੜੀ ਗੱਲ ਸੀ, ਭਾਅ ਜੀ ਨੇ ਵੀ ਕੰਮ ਕਰਨਾ ਹੁੰਦਾ ਵਾ, ਤੁਹਾਨੂੰ ਤਾਂ ਛੁੱਟੀਆਂ ਪਈਆਂ ਸੀ, ਨਾਲੇ ਆਪਾਂ ਤਾਂ ਬਾਅਦ 'ਚ ਵੀ ਜਾ ਸਕਦੇ ਸੀ। ਯਾਰ ਗੱਲ ਉਹ ਨਹੀਂ ਹੈਗੀ, ਮੰਮੀ ਦਾ ਵੱਡਾ ਮੁੰਡਾ ਤਾਂ ਉਹੀ ਆ ਨਾ, ਫਰਜ਼ ਉਹਦਾ ਵਾ ਨਾਲ ਜਾਣਾ, ਮੇਰਾ ਫਰਜ਼ ਨਹੀਂ ਆ, ਠੀਕ ਆ ਨਾ। ਫਰਜ਼ ਦੋਨਾਂ ਦਾ ਵਾ, ਤੁਸੀਂ ਵੀ ਜਾ ਸਕਦੇ ਸੀ, ਇਹ 'ਚ ਵੱਡੇ ਛੋਟੇ ਦੀ ਕਿਹੜੀ ਗੱਲ ਆ ਗਈ। ਹੁਣ ਤੂੰ ਮੇਰੇ ਨਾਲ ਕੰਨ ਨਾ ਖਾਈ ਜਾ, ਜੇ ਤੂੰ ਜਾਣਾ ਨਾ ਆਪਣੇ ਪੇਕੇ ਤਾਂ ਤਿਆਰ ਹੋ ਜਾ, ਨਹੀਂ ਤਾਂ ਫਿਰ ਮੈਂ ਤੇਰੇ ਨਾਲ ਵੀ ਨਹੀਂ ਜਾਣਾ। ਮੇਰੇ 'ਤੇ ਕਾਹਲੀ ਗੁੱਸਾ ਕੱਢੀ ਜਾਂਦੇ ਜੇ, ਚਲੋ ਮੈਂ ਹੋ ਜਾਂਦੀ ਹਾਂ ਤਿਆਰ। ਹੋ ਜਾ ਫਿਰ। ਲੈ ਦੋ ਦੋ ਮੇਰੇ ਮੁੰਡੇ ਆ, ਦੋਵਾਂ 'ਚ ਇੱਕ ਵੀ ਨਹੀਂ ਮੇਰੀ ਸੁਣਦਾ। ਜੇ ਮੈਂ ਛੋਟੇ ਨੂੰ ਕਿਹਾ ਆ ਉਹ ਕਹਿੰਦਾ ਮੇਰਾ ਨਹੀਂ ਟਾਈਮ, ਅਤੇ ਜੇ ਵੱਡੇ ਨੂੰ ਕਿਹਾ ਉਹ ਕਹਿੰਦਾ ਮੇਰਾ ਪੋਲਟਰੀ ਫਾਰਮ ਦਾ ਕੰਮ ਆ। ਕੀ ਕਰਾਂ ਮੈਂ ਇਹਨਾਂ ਦੋਵਾਂ ਮੁੰਡਿਆਂ ਦਾ, ਇਹਨਾਂ ਦੀ ਤਾਂ ਆਪਸ ਵਿੱਚ ਹੀ ਜਿੱਦ ਬੜੀ ਆ। ਮੰਮੀ ਜੀ ਕੀ ਗੱਲ ਹੈ, ਤੁਸੀਂ ਬਾਹਰ ਬੈਠੇ ਜੇ ਠੰਡ ਵਿੱਚ, ਅੰਦਰ ਰਜਾਈ 'ਚ ਜਾ ਕੇ ਬੈਠੋ। ਕੀ ਕਰਾਂ ਸੰਦੀਪ, ਜੇ ਮੈਂ ਛੋਟੇ ਨੂੰ ਕਿਹਾ ਵੀ ਚੱਲ ਮੈਂ ਤੇਰੇ ਨਾਨਕੇ ਜਾਣਾ ਆ, ਤੇਰੇ ਮਾਮੇ ਦੇ ਪਿੱਤੇ ਦਾ ਆਪਰੇਸ਼ਨ ਹੋਇਆ ਆ ਅਤੇ ਪਤਾ ਲੈ ਆਈਏ, ਉਹ ਕਹਿੰਦਾ ਮੇਰੇ ਕੋਲ ਨਹੀਂ ਟਾਈਮ ਹੈਗਾ, ਮੈਂ ਆਪਣੇ ਸਹੁਰੇ ਜਾਣਾ, ਅਤੇ ਜੇ ਤਜਿੰਦਰ ਨੂੰ ਕਿਹਾ ਸੀ ਤਾਂ ਉਹ ਕਹਿੰਦਾ ਮੇਰੇ ਕੋਲ ਨਹੀਂ ਟਾਈਮ ਹੈਗਾ। ਓਹੋ ਮੰਮੀ ਜੀ ਤੁਸੀਂ ਫਿਕਰ ਕਿਉਂ ਕਰਦੇ ਜੇ, ਮੈਂ ਨਾ ਤਜਿੰਦਰ ਨੂੰ ਫੋਨ ਕਰਦੀ ਹਾਂ, ਕੀਪ ਤਾਂ ਮੰਨ ਜਾਣ ਜਾਣ ਵਾਸਤੇ। ਨਹੀਂ ਸੰਦੀਪ ਤੂੰ ਰਹਿਣ ਦੇ, ਤੂੰ ਇੱਦਾਂ ਕਰ ਮੈਨੂੰ ਥੋੜ੍ਹੇ ਜਿਹੇ ਪੈਸੇ ਦੇ ਦੇ ਅਤੇ ਮੈਂ ਨਾ ਬੱਸ 'ਤੇ ਚੱਲ ਜਾਂਦੀ ਹਾਂ। ਚਲੋ ਠੀਕ ਹੈ, ਪੈਸੇ ਤਾਂ ਮੈਂ ਦੇ ਦਿੰਦੀ ਹਾਂ, ਪਰ ਮੇਰੇ ਕੋਲ 2,000 ਹੋਣਗੇ ਕਿਉਂਕਿ ਬਾਕੀ ਪੈਸੇ ਨਾ ਤਜਿੰਦਰ ਲੈ ਗਏ, ਉਹਨਾਂ ਨੂੰ ਚਾਹੀਦੇ ਸੀ। ਕੋਈ ਨਹੀਂ ਤੂੰ ਥੋੜ੍ਹੇ ਮੈਨੂੰ ਦੇ ਦੇ ਅਤੇ ਥੋੜ੍ਹੇ ਜਿਹੇ ਘਰ ਰੱਖ ਲਾ, ਕਿਤੇ ਜ਼ਰੂਰਤ ਹੀ ਪੈ ਜਾਂਦੀ ਆ। ਚਲੋ ਠੀਕ, ਮੈਂ ਨਾ ਪੈਸੇ ਲੈ ਕੇ ਆਉਂਦੀ ਫਿਰ। ਚੰਗਾ, ਅਤੇ ਧਿਆਨ ਨਾਲ ਜਾਇਓ। ਚੱਲ 2,000 ਹੈਗਾ, ਇੱਦਾਂ ਕਰਦੀ 1,000 ਦੇ ਦਿੰਦੀ ਮੰਮੀ ਨੂੰ, 1,000 ਆਪ ਰੱਖ ਲੈਂਦੀ ਹਾਂ। ਪੈਸੇ ਕੱਢ ਕੇ ਬੈਠੀ ਆ ਕੀ ਕਰਨ ਲੱਗੀ? ਉਹ ਨਾ ਮੰਮੀ ਨਾਨਕੇ ਚੱਲੇ ਹੈਗੇ ਅਤੇ 1,000 ਰੁਪਇਆ ਮੈਂ ਚੱਲ ਦੇ ਦਿੰਦੀ ਉਹਨਾਂ ਨੂੰ। ਅਤੇ ਯਾਰ ਮੰਮੀ ਤਾਂ ਮਨਦੀਪ ਦੇ ਨਾਲ ਚੱਲੇ ਆ, ਤੂੰ ਪੈਸੇ ਕੱਲ੍ਹ ਹੀ ਦੇਣੇ ਆ। ਮਨਦੀਪ ਨਾਲ ਕਿੱਥੇ ਚੱਲਿਆ, ਮਨਦੀਪ ਨੇ ਤਾਂ ਕੋਰੀ ਨਾ ਕਰਤੀ ਆ, ਕਹਿੰਦਾ ਬੱਸ 'ਤੇ ਚੱਲ ਜਾਓ। ਮੈਨੂੰ ਪਹਿਲਾਂ ਹੀ ਪਤਾ ਸੀ ਕਹਿੰਦੇ ਨਹੀਂ ਜਾਣਾ, ਇਹ ਤਾਂ ਕਿਸੇ ਕੰਮ ਨਹੀਂ ਆਉਂਦਾ, ਅਤੇ ਪੈਸੇ ਫਿਰ ਨਾ ਤੂੰ ਅੱਧੇ ਦੇ, ਅੱਧੇ ਆਪੇ ਦਊਗਾ ਨਾ। ਕਿਉਂ, ਸਰਕਾਰੀ ਨੌਕਰੀ ਕਰਦਾ, ਇੰਨੇ ਇੰਨੇ ਪੈਸੇ ਕਿੱਥੇ ਖੜਨੇ ਆ? ਕਿਉਂ, ਤੁਸੀਂ 1,000-1,500 ਵੀ ਘਰ 'ਚ ਕਲੇਸ਼ ਪਾਉਣਾ ਵਾ, ਫਿਰ ਕੀ ਮੈਂ ਦੇ ਦਿੰਦੀ ਆਪਣੇ ਕੋਲੋਂ। ਯਾਰ ਗੱਲ ਕਲੇਸ਼ ਦੀ ਨਹੀਂ ਆ, ਜਦੋਂ ਕੰਮਾਂ ਕਰਾਂ ਸਾਰਾ ਅੱਧ ਰੱਖਦੇ ਆ, ਤਾਂ ਫਿਰ ਪੈਸਿਆਂ 'ਚ ਵੀ ਅੱਧ ਰੱਖਣ ਨਾ। ਮੰਮੀ ਚੱਲੇ ਮਾਮੇ ਨਾਲ ਅਤੇ ਸਿਮਾ ਚੱਲੀ ਪੇਕੇ, ਤਾਂ ਉਹਨਾਂ ਨੂੰ ਕੀ ਕਹਿਣਾ ਫਿਰ? ਅੱਛਾ ਸਾਰੇ ਚੱਲ ਚੱਲੇ ਆ? ਹਾਂਜੀ ਸਾਰੇ ਚੱਲੇ ਆ। ਚੱਲ ਫਿਰ ਅਸੀਂ ਵੀ ਕਿਤੇ ਘੁੰਮ ਫਿਰ ਕੇ ਆਉਂਦੇ ਹਾਂ, ਨਾਲੇ ਤੈਨੂੰ 1-2 ਸੂਟ ਦਵਾ ਕੇ ਲਿਆਉਂਦਾ। ਚਲੋ ਠੀਕ ਆ,
ਐਤਕੀ ਮੁਨਾਫਾ ਚੰਗਾ ਹੋਇਆ ਪੋਲਟਰੀ ਫਾਰਮ ਚੋਂ। ਇਹ ਤਾਂ ਵਧੀਆ ਗੱਲ ਆ, ਤੇ ਕਦੋਂ ਜਾਣਾ? ਗੱਲ ਨਾ ਕਰੀ ਚੰਗਾ ਕਿਸੇ ਨਾਲ, ਨਾ ਮੰਮੀ ਨਾਲ ਤੇ ਨਾ ਉਹਨਾਂ ਦੋਵਾਂ ਨਾਲ। ਕਿਉਂ ਮੰਮੀ ਨਾਲ ਕਿਉਂ ਨਹੀਂ ਕਰ ਸਕਦੇ ਆਪਾਂ? ਯਾਰ ਮੰਮੀ ਉਹ ਗੱਲ ਚੱਲ ਗਈ ਤੇ ਉਹਨਾਂ ਤੱਕ ਵੀ ਚੱਲੀ ਜਾਣੀ ਆ, ਤੇ ਉਹ ਜੜਦੇ ਅੱਗੇ ਵੇਖ ਕੇ ਸਾਨੂੰ। ਚਲੋ ਠੀਕ ਆ, ਨਹੀਂ ਦੱਸਦੀ ਮੈਂ ਕਿਸੇ ਨੂੰ ਵੀ, ਤੇ ਨਾਲੇ ਤੇ ਸਕੂਟੀ ਵੀ ਲੈ ਕੇ ਦੇਣੀ ਆ ਮੈਨੂੰ, ਉਹ ਕਦੋਂ ਲੈ ਕੇ ਦਓਗੇ? ਕੋਈ ਗੱਲ ਨਹੀਂ, ਸਕੂਟੀ ਵੀ ਲੈ ਦੂੰਗਾ, ਕਿਸ਼ਤਾਂ 'ਤੇ ਲੈ ਲਾਂਗੇ। ਠੀਕ ਹੈ, ਪਰ ਗੱਲ ਇਹਨਾਂ ਤੱਕ ਨਾ ਪਹੁੰਚੇ। ਨਹੀਂ ਨਹੀਂ ਮੈਂ ਨਹੀਂ ਕਿਸੇ ਨਾਲ ਵੀ ਗੱਲ ਕਰਦੀ। ਆਹੋ ਚੱਲ ਜਾ ਫੜਾ ਗਿਆ, ਅਤੇ ਉਹਨੂੰ ਵੀ ਕਹਿ ਦੀ। ਠੀਕ ਆ। ਮੰਮੀ ਆ ਲਓ ਪੈਸੇ, ਮੇਰੇ ਕੋਲ ਜੇ ਜ਼ਿਆਦਾ ਹੁੰਦੇ ਨਾ ਮੈਂ ਜ਼ਿਆਦਾ ਦੇ ਦਿੰਦੇ ਸੀ, ਤੁਹਾਨੂੰ ਪਤਾ ਫਿਰ ਘਰ ਵੀ ਲੋੜ ਪੈ ਜਾਂਦੀ। ਕੋਈ ਗੱਲ ਨਹੀਂ। ਠੀਕ ਹੈ। ਮੰਮੀ ਜੀ ਆ ਲਓ ਪੈਸੇ। ਰਹਿਣ ਦੇ ਸਿਮਰ, ਮੈਨੂੰ ਪੈਸੇ ਦੇ ਦਿੱਤੇ ਆ ਸੰਦੀਪ ਨੇ। ਨਹੀਂ ਮੰਮੀ ਤੁਸੀਂ ਫੜੋ ਅਤੇ ਮਨਦੀਪ ਨੂੰ ਨਾ ਦੱਸਿਓ, ਨਾਲੇ ਨਿਆਣੇ ਕੀ ਕਹਿਣਗੇ ਵੀ ਭੂਆ ਖਾਲੀ ਹੱਥ ਆਈ ਆ, ਬੱਚਿਆਂ ਵਾਸਤੇ ਕੁਛ ਲੈ ਜਾਇਓ ਖਾਣ ਨੂੰ। ਫੜੋ ਲੈ ਲਓ, ਕੁਛ ਨਹੀਂ ਹੁੰਦਾ।